ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰੱਗ ਫਰੀ ਕਰਨਾ ਤੇ ਗੈਂਗਸਟਰ ਜਿਹੜਾ ਕਲਚਰ ਹੈ ਉਹਨੂੰ ਫਿਨਿਸ਼ ਕਰਨਾ ਉਹਦੇ ਤਹਿਤ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ। 3 ਕਿਲੋ ਹੀਰੋਇਨ ਫੜੀ ਗਈ ਹੈ, ਬਰਾਮਦ ਹੋਈ ਹੈ। 1 ਇਨੋਵਾ ਕਾਰ ਤੇ 9 ਲੱਖ ਡਰੱਗ ਮਨੀ ਕੈਸ਼ ਇਹ ਫੜਿਆ ਗਿਆ। ਇਹਦੇ 'ਚ 4 ਮੁਲਜ਼ਮ ਨੇ ਜਿਹੜੇ ਗ੍ਰਿਫਤਾਰ ਹੋਏ ਹੈ, ਵਿਕਰਮਜੀਤ ਸਿੰਘ, ਰਿਸ਼ਪਾਲ ਸਿੰਘ, ਗੌਰਵ ਉਰਫ ਕਾਲੀ ਅਤੇ ਸਾਹਿਲ ਕੁਮਾਰ। ਇਹ ਜਿਹੜਾ ਰਿਸ਼ਪਾਲ ਹੈ, ਕਿੰਗ ਪਿੰਨ ਹੈ, ਇਹਦਾ ਇਸ ਜਿਹੜਾ ਡਰੱਗ ਕਾਟਲ ਹੈ ਉਹਦੇ 'ਚ ਇਹ ਪੁਰਾਣੇ ਪਹਿਲਾਂ ਵੀ ਇੱਥੇ ਮੁਕੱਦਮੇ ਦਰਜ ਹੈ। ਇੱਕ ਸਰਾਏ ਅਮਾਨਤ ਖਾਨ ਦਾ ਹੈ, ਇੱਕ ਲੋਪੋਕੇ ਥਾਣੇ ਦਾ ਵੀ ਹੈ। ਸੋ ਬੇਸਿਕਲੀ ਇਹ ਜੇਲ੍ਹ ਦੇ ਵਿੱਚੋਂ ਹੀ ਸਾਰਾ ਸੰਪਰਕ ਹੋਇਆ। ਔਰ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਪ੍ਰੋਫੈਸ਼ਨ ਵਾਈਜ਼ ਜ਼ਿਆਦਾਤਰ ਕੋਈ ਆਟੋ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ। ਰਿਸ਼ਪਾਲ ਸਿੰਘ ਨੇ ਸਾਰਿਆਂ ਨੂੰ ਇਹਨੂੰ ਕਲੱਬ ਕੀਤਾ ਅਤੇ ਆਪਣਾ ਨੈਟਵਰਕ ਲਾਇਆ। ਸੋ ਮੈਂ ਸਮਝਦਾ ਕਿ ਬਹੁਤ ਵੱਡੀ ਸਾਡੀ ਟੀਮ ਦੀ ਕਾਮਯਾਬੀ ਹੈ, ਜਿਸ 'ਚ ਮਿਸਟਰ ਹਰਪ੍ਰੀਤ ਮੰਡੇਰ ਨੇ, ਅਭਿਮਨਿਊ ਰਾਣਾ ਜੀ ਨੇ ਅਤੇ ਪ੍ਰਭਜੋਤ ਵਿਰਕ ਨੇ, ਸਾਡੇ ਕਮਲਜੀਤ ਅਤੇ ਅਮੋਲਕ, ਇਹ ਇਹਨਾਂ ਦਾ ਬੜਾ ਅੱਛਾ ਕਾਰਗੁਜ਼ਾਰੀ ਰਹੀ ਹੈ। ਔਰ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ। ਨੈਕਸਟ ਜਿਹੜਾ ਦੂਸਰਾ ਹੈਗਾ ਉਹ ਸਾਡੀ CIA 2 ਦੀ ਟੀਮ ਨੇ ਇੰਸਪੈਕਟਰ ਦਿਲਬਾਗ ਸਿੰਘ ਅਤੇ ਸਾਰੇ ਔਫਿਸਰ ਦੀ ਰਹਿਨਮਾਈ 'ਚ ਉਹ ਇਹ 13.32 ਬੋਰ ਦੇ ਪਿਸਟਲ ਬਰਾਮਦ ਕੀਤੇ। ਇਹ ਵੀ ਮੱਧ ਪ੍ਰਦੇਸ਼ ਤੋਂ ਆਏ ਸੀ ਔਰ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਹੈ ਅੰਮ੍ਰਿਤਪਾਲ ਸਿੰਘ, ਇਹਦੇ ਖਿਲਾਫ ਪਹਿਲਾਂ ਵੀ ਜਿਹੜੇ 8 ਮੁਕੱਦਮੇ ਦਰਜ ਨੇ ਵੱਖਰੇ ਵੱਖਰੇ ਪੁਲਿਸ ਸਟੇਸ਼ਨ, ਸਪੈਸ਼ਲੀ ਤਰਨ ਤਾਰਨ ਅਤੇ ਅੰਮ੍ਰਿਤਸਰ ਰੂਰਲ ਦੇ ਵਿੱਚ। ਇਹ ਬੰਦਾ ਵੀ ਪੁਰਾਣਾ ਕ੍ਰਿਮੀਨਲਸ ਨਾਲ ਜੁੜਿਆ ਹੋਇਆ। ਔਰ ਉਹਦੇ 'ਚ ਇੱਕ ਗੱਲ ਹੋਰ ਨਵੀਂ ਆਈ ਹੈ ਇਹਦੇ 'ਚ ਇੰਪੋਰਟੈਂਟ, ਕਿ ਇੱਥੋਂ ਕੁਛ ਇਹ ਡਰੱਗ ਵੀ ਲੈ ਕੇ ਜਾਂਦਾ ਸੀ ਮੱਧ ਪ੍ਰਦੇਸ਼ ਤੋਂ ਸਮਾਲ ਕੁਆਂਟਿਟੀ 'ਚ। ਸੋ ਉਹਨਾਂ ਨਾਲ ਇੱਕ ਜਿਹੜਾ ਰਿਲੇਸ਼ਨਸ਼ਿਪ ਆਫ ਕਨਵੀਨੀਅੰਸ ਬਣਿਆ ਹੋਇਆ ਸੀਗਾ। ਇਹਦੇ 'ਚ ਵੀ ਜਿਹੜੀ ਤੋਂ I-20 ਵਹੀਕਲ ਵੀ ਫੜੀ ਗਈ ਹੈ ਔਰ ਸਾਰਾ ਇਹਦੇ ਮਨੀ ਟ੍ਰੇਲ ਵੀ ਅਸੀਂ ਦੇਖ ਰਹੇ ਹਾਂ। ਔਰ ਮੱਧ ਪ੍ਰਦੇਸ਼ ਦਾ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ, ਕਾਫੀ ਹਾਈਐਸਟ ਲੈਵਲ 'ਤੇ ਗੱਲ ਉਹਨਾਂ ਦੀ ਟੇਕਅਪ ਹੋਈ ਹੋਈ ਹੈ। ਐਂਡ ਮੇਰਾ ਖਿਆਲ ਕੁਛ ਓਪਰੇਸ਼ਨ ਜਾਂ ਐਕਸ਼ਨ ਉੱਥੇ ਆਲਰੇਡੀ ਸ਼ੁਰੂ ਹੋ ਚੁੱਕਿਆ। ਉਹ ਜਿਸ ਤਰ੍ਹਾਂ ਵੀ ਸਾਨੂੰ ਆਏਗੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂ। ਸੋ ਮੈਂ ਇਹਨੂੰ ਵੀ ਬਹੁਤ ਵੱਡੀ ਕਾਮਯਾਬੀ ਮੰਗਦਾ, ਬਹੁਤ ਜਿਹੜਾ ਡਰੱਗ ਫਰੰਟ ਐਂਡ ਗੈਂਗਸਟਰ ਫਰੰਟ ਦੇ ਉੱਤੇ। ਨਹੀਂ, ਬਾਕੀ ਡਿਸਟ੍ਰਿਕਟਸ ਵੀ ਜੀ ਅੱਜ ਮੈਂ ਦੱਸ ਰਿਹਾ ਸੀ, ਸ਼ੇਅਰ ਕੀਤਾ, ਜਲੰਧਰ ਵੀ ਹੋਈ ਹੈ ਸੇਮ, ਮੱਧ ਪ੍ਰਦੇਸ਼ ਤੋਂ ਖੰਨੇ ਵਗੈਰਾ, ਹੋਰ ਡਿਸਟ੍ਰਿਕਟਸ ਵੀ ਕਾਫੀ ਹੋਈ ਹੈ। ਅੰਮ੍ਰਿਤਸਰ ਤਾਂ ਪੁਲਿਸ ਹੀ ਸਤਰਕ ਹੈ ਜੀ, ਪਹਿਲਾਂ ਵੀ ਮਤਲਬ ਆਉਂਦੇ ਹੋਣਗੇ। ਮੈਂ ਸੋਚਦਾ ਕਿ ਇਟ ਇਜ਼ ਅ ਗੁੱਡ ਇਨੀਸ਼ੀਏਟਿਵ, ਪੁਲਿਸ ਨੂੰ ਸਗੋਂ ਆਪਾਂ ਨੂੰ ਪੈਟ ਕਰਨਾ ਚਾਹੀਦਾ ਹੈ, ਰਾਦਰ ਇਹਨੂੰ ਪੋਜ਼ਿਟਿਵ ਵੇ 'ਚ ਲਈਏ ਕਿ ਜੇ ਪੁਲਿਸ ਦੀ ਡਿਟੈਕਸ਼ਨ ਬੈਟਰ ਹੈ ਜਾਂ ਪੁਲਿਸ ਦੀ ਇੰਟੈਲੀਜੈਂਸ ਬੈਟਰ ਹੈ ਤਾਂ ਇਹ ਰਿਕਵਰੀਜ਼ ਹੋ ਰਹੀਆਂ। ਇੱਦਾਂ ਦੀ ਕੋਈ ਗੱਲ ਨਹੀਂ ਜੀ, ਦੇਖੋ ਪਤਾ ਕੀ ਹੈ, ਇਹ ਬੇਸਿਕਲੀ ਇੱਕ ਜੇ ਕੋਈ ਮੈਨੂਫੈਕਚਰਰ ਹੈ ਉਹਨੇ ਕੋਈ ਕਲਾਇੰਟ ਲੱਭਣਾ ਹੀ ਹੈ ਅਤੇ ਉਹਦੇ 'ਚ ਕੋਈ ਨਾ ਕੋਈ ਹਰੇਕ ਬੰਦੇ ਨੂੰ ਲਾਲਚ ਹੋ ਜਾਂਦਾ। ਬੇਸਿਕਲੀ ਜਿਹੜੇ ਹਥਿਆਰਾਂ ਦੇ ਕਲਚਰ ਦੇ ਵਿੱਚ ਗੱਲ ਇਹ ਚੱਲੀ ਹੈ ਕਿ ਲਿਆ ਕੇ ਇੱਥੇ ਵੇਚਣ ਦਾ ਕੰਮ ਜ਼ਿਆਦਾ ਲੋਕ ਕਰ ਰਹੇ ਕ੍ਰਿਮੀਨਲਸ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਗੇੜੇ ਸਾਨੂੰ 4 ਪੈਸੇ ਬਚ ਜਾਣਗੇ। ਜਿਵੇਂ ਡਰੱਗ ਦੇ ਵਿੱਚ ਪੈਸਾ ਮੇਨ ਹੈ, ਇੱਦਾਂ ਹੀ ਜਿਹੜਾ ਵੈਪਨ ਇਹਦਾ ਨੈਟਵਰਕ ਹੈ, ਰੈਕੇਟ ਹੈ, ਇਹਦੇ 'ਚ ਵੀ ਇਹੀ ਗੱਲਾਂ ਸਾਹਮਣੇ ਆਉਂਦੀਆਂ। ਨਹੀਂ, ਅਭੀ ਕੋਈ ਸਾਹਮਣੇ ਨਹੀਂ ਆਈ ਬਾਤ। 13 ਪਿਸਟਲਸ ਆਏ ਹੈ ਤੋ ਇਸਕਾ ਸਾਰਾ ਹਮ ਦੇਖੇਂਗੇ ਕਿ ਇਨਕੇ ਆਗੇ ਫਾਰਵਰਡ ਲਿੰਕ ਕਿਆ ਥੇ, ਬੈਕਵਰਡ ਲਿੰਕ ਤੋਂ ਮੱਧ ਪ੍ਰਦੇਸ਼ ਹੋ ਗਏ ਕਿ ਉਨਕੋ ਕਿਸਕੇ ਪਾਸ ਜਾਣਾ ਥਾ, ਵੋ ਵੀ ਸਾਰੇ ਬੰਦੇ ਇਸਮੇ ਨਾਮਜ਼ਦ ਕੀਏ ਜਾਏਂਗੇ ਐਂਡ ਵੀਲ ਇਨਵੈਸਟੀਗੇਟ ਜੀ। ਦੇਖੋ ਜੇ ਕੋਈ ਬਾਏ ਕਰਦਾ ਕੋਈ ਇਲੀਗਲ ਵੈਪਨ ਤੋ ਬੰਦਾ ਕ੍ਰਿਮੀਨਲ ਸੋਚਦਾ ਤਾਂ ਹੋ ਹੀ ਗਿਆ ਨਾ ਜੀ ਉਸ ਦਿਨ, ਮੇਰਾ ਤਾਂ ਇਹ ਮੰਨਣਾ ਹੈ। ਬਾਕੀ ਉਹ ਜਿਹੜੇ ਆਪਾਂ ਜਿੰਨੇ ਵੀ ਇਹਦੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਕਰਕੇ ਜਿਹਦਾ ਜਿਹਦਾ ਜੋ ਰੋਲ ਆਇਆ ਤੁਹਾਡੇ ਸਾਹਮਣੇ ਉਹ ਵੀ ਪੇਸ਼ ਕਰਾਂਗੇ ਐਂਡ ਉਹਨਾਂ ਨੂੰ ਬੁੱਕ ਕਰਾਂਗੇ। ਨਹੀਂ, ਅਜੇ ਸਾਹਮਣੇ ਨਹੀਂ ਆਇਆ ਜੀ, ਇਹ ਪੁਰਾਣਾ ਆਪ ਹੀ ਕ੍ਰਿਮੀਨਲ ਹੈ। ਮੈਂ ਤੁਹਾਨੂੰ ਜਿਵੇਂ ਦੱਸਿਆ 8 ਮੁਕੱਦਮੇ ਨੇ, NDPS ਦਾ ਵੀ, ਆਰਮਜ਼ ਐਕਟ ਦੇ ਵੀ ਹੈ, ਤਰਨ ਤਾਰਨ ਦੇ ਵਿੱਚ ਨੇ, GRP ਪਟਿਆਲਾ, ਕਾਫੀ ਮਤਲਬ ਪੁਰਾਣਾ
हार्ड एंड क्रिमिनल है और मेनली अजे गल यही आई कि मनी वास्ते इन लग्या कि मैं आके दो चार पैसे कमा ला, बट जो एंगल है वो अभी सारी यदि जी टेक्निकल एविडेंस भी सारी एनालाइज कर रहे देखो ये तो कोर्ट के माल मुकदमा है जी, इट इज़ ए कोर्ट प्रॉपर्टी। उस तो बाद कोर्ट के फैसले तो बाद जिदा कोर्ट कहती है फिर उत्थे डिपॉजिट हो जाते हैं। हाँ उस तो बाद जो सिस्टम है गवर्नमेंट का बनया वो मुताबिक ही डिस्पोजल होंगी। टैक्सी देखो आप जो कॉन्सटेंट पुलिस का वर्क है मैं तुम्हें पहला भी जिक्र किया जो आए थे प्रिवेंशन एंड डिटेक्शन ऑफ क्राइम। सो प्रिवेंशन के ऑलरेडी असं बहुत ज़्यादा प्रिवेंटिव एक्शन लिया अज की, क्योंकि प्रेस कॉन्फ्रेंस है तो फिर शेयर कल परसों मैं प्रेस नोट के राही कर दाँगा जी तो गल है वह असं ऑलरेडी काम कर रहे हैं। स्ट्रेंजर रोल्स होंगे परचे अजनबी कहेंदे उन्होंने वो भी सारी वेरीफिकेशन जी ड्राइव असी अपने पॉलिसी रखिया हुआ नैक्सट फेज के भी हो। देखो अलग अलग मुकदमे अठ मुकदमे से बंदा दोषी है जी, आर्म्स एक्ट के भी है वो सारा असं कढ़ा रहे हैं तुहाडे नाल शेयर करके बड़ा डीपली सारी इन्वेस्टिगेशन होगी। देखो अपन सारे पता आउंदी तो अक्रॉस बॉर्डर ही है जी, इहदा सोर्स असं कर रहे हैं और तुहानू जल्दी तुहाडे नाल शेयर करांगे कि इहदा सोर्स तक असं पहुँच जाइए। एक बार अच्छा देखो मैं उस बारे कोई कमेंट नहीं करना चाहता पर तुहानू भी पता है कि जिथे भी ह्यूमन रहिंदे आ उत्थे कोई ना कोई इहोजा सिस्टम बना लैंदे अपना कम्यूनीकेशन का, पर उहनू मतलब आई डोंट वॉन्ट टू कमेंट ऑन एनीथिंग। जिहड़ा साडा काम है असीं तुहाडे नाल शेयर कीता जी, ये चैक करते हैं जी। हुण इहदे कहण मुताबक तो हैगा भी सानू 50,000 या ज़्यादा पैसे बचते एक पिस्टल के मतलब, बट इट इज़ सबजैक्ट टू वेरीफिकेशन। मध्य प्रदेश जी देखो जी सिंथेटिक ड्रग्स की अपनी रिकवरी हुई थी पिछे गोलियां दी ट्रेमाडोल दी उहदे च असीं बहुत ज़्यादा डिटेल च इन्वेस्टिगेशन साडी चल रही है और बैकवर्ड लिंकेज सारे असी उन्हों बैंक अकाउंट्स एंड और एवरीथिंग इज़ बीइंग एग्जामिन्ड। वो मैं इस स्टेज पर तुहाडे नाल शेयर नहीं कर सकता पर साडा ये मकसद रहिंदा है कि कितें भी मैनुफैक्चरिंग तक असीं पहुंचीए जिथे भी कोई ड्रग दे नाल रिलेटेड है। देखो लाइसेंसड जिहड़े वैपन वाले आर्म लाइसेंस होल्डर ने जी वो तो साढ़े निगाह च ने ऑन रिकॉर्ड ने, ये तो सारे इलीगल वाले है। ये मैं तुम जिन्हें पहला रिक्वेस्ट की है कि ये असी अगे लाभ ये देखना है कि कौन बंदे ये एंड कि जाके होना सीगा वो इंपॉर्टेंट है साढ़े वास्ते कि वो क्यों मंग रहे हैं उन्होंने की मकसद है। इलीगल वैपन तो देखो जिथे भी आता अपने को आर्म्स एक्ट बड़ा क्लीयर है जी और जी हम नवी अमेंडमेंट हुई वो बड़ी स्ट्रिक्ट हो गई है। तकरीबन असी 27 के करीब कर चुके हैं जी, नहीं 27 तो जिहड़े तुहानू दस्से दूजे तो वैसे चल ही रहे हैं जिहड़े वड्डे रैकेट के तकरीबन इन्ने क हैगे हैं एग्जैक्ट मैनू नंबर नहीं याद। तो आई एप्रीशिएट कि देखो पुलिस अच्छा काम कर रही है ताही नहीं अजे कोई गल आई नहीं जी। उदा भी अच्छा जे निगाह रखी है भाई साहब ताही फड़िया गया
वो कर रहे हैं जी। मैं तो तुम देखो पता की जे आप इतने गल कर दें फिर गल निकल जाती है, अगला अलर्ट होकर अपना भाजूगा बंद करके, वो फिर थोड़ा जहा कई गल भी पता ही है सारिया जी। हाँ जी हाँ जी करना ही है जी, बिल्कुल ठीक है पॉइंट।